ਲੋਕਸਭਾ ਚੋਣਾਂ ਦਾ ਅਖਾੜਾ ਜਿਹੜਾ ਇਸ ਵਕਤ ਪੱਕ ਚੁੱਕਿਆ ਹੈ ਅਤੇ ਉੱਥੇ ਜਿਹੜੀ ਸਿਆਸਤ ਹੈ ਉਹ ਵੀ ਗਰਮਾਉਂਦੀ ਨਜ਼ਰ ਆ ਰਹੀ ਹੈ ਅਤੇ ਜਿੱਥੇ ਦੱਸ ਦਈਏ ਕਿ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਚਾਰੇ ਪਾਸੇ, ਚਾਹੇ ਉਹ ਕਿਸਾਨ ਹੋਣ ਜਾਂ ਫਿਰ ਉਹ ਆਮ ਲੋਕ ਹੋਣ, ਅਤੇ ਉੱਥੇ ਕਾਂਗਰਸ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਤਾਂ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰਦਾਸਪੁਰ ਦੇ ਪਿੰਡ ਫਤਿਹ ਨੰਗਲ ਦੇ ਲੋਕਾਂ ਦੀ, ਜਿਨ੍ਹਾਂ ਵੱਲੋਂ ਕਾਂਗਰਸ ਦਾ ਵਿਰੋਧ ਕੀਤਾ ਜਾ ਰਿਹਾ। ਜੀ ਹਾਂ, ਉਹਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਗੁਰਦਾਸਪੁਰ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਬੂਥ ਨਹੀਂ ਲੱਗੇਗਾ ਅਤੇ ਨਾ ਹੀ ਕਾਂਗਰਸ ਨੂੰ ਵੋਟਾਂ ਪੈਣਗੀਆਂ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ ਹੈ, ਗੁਰਦਾਸਪੁਰ ਦੇ ਪਿੰਡ ਫਤਿਹ ਨੰਗਲ ਦੇ ਲੋਕਾਂ ਨੇ ਵੱਡਾ ਐਲਾਨ ਕੀਤਾ ਹੈ ਅਤੇ ਪਿੰਡ ਵਾਸੀਆਂ ਨੇ ਫੈਸਲਾ ਲਿਆ ਹੈ ਕਿ ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਾ ਹੀ ਸਾਡੇ ਪਿੰਡ ਵਿੱਚੋਂ ਕੋਈ ਵੋਟ ਪਾਏਗਾ ਅਤੇ ਨਾ ਹੀ ਪਿੰਡ ਫਤਿਹ ਨੰਗਲ ਵਿਖੇ ਸੁਖਜਿੰਦਰ ਰੰਧਾਵਾ ਦਾ ਬੂਥ ਲੱਗਣ ਦਿੱਤਾ ਜਾਏਗਾ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਵੀ ਕਿਹਾ ਕਿ ਸਾਡੇ ਪਿੰਡ ਗੰਦਾ ਪਾਣੀ ਇਕੱਠਾ ਹੋ ਗਿਆ ਸੀ, ਜਿਸ ਨੂੰ ਵੀਡੀਓ ਧਾਰੀਵਾਲ ਵੱਲੋਂ ਕਢਵਾਉਣ ਲਈ ਟੈਂਕਰ ਲਗਾਏ ਗਏ ਸਨ, ਲੇਕਿਨ ਸੁਖਜਿੰਦਰ ਰੰਧਾਵਾ ਵੱਲੋਂ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਹ ਕੰਮ ਬੰਦ ਕਰਵਾਇਆ ਗਿਆ। ਜੀ ਹਾਂ, ਲੋਕਾਂ ਦੁਆਰਾ ਸੁਖਜਿੰਦਰ ਸਿੰਘ ਰੰਧਾਵਾ 'ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਅਤੇ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਜਦੋਂ ਕੋਈ ਮਰ ਜਾਵੇ ਜਾਂ ਫਿਰ ਕੋਈ ਬਿਮਾਰੀਆਂ ਫੈਲ ਜਾਣ ਫਿਰ ਵੀ ਕੰਮ ਨਹੀਂ ਹੋਣ ਦੇਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਇੱਕ ਮੰਗ ਪੱਤਰ ਦਿੱਤਾ ਗਿਆ। ਉੱਥੇ ਵੀਡੀਓ ਧਾਰੀਵਾਲ ਸੰਤੋਖ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਪਿੰਡ ਵਿੱਚੋਂ ਕੋਈ ਵੀ ਕੰਮ ਨਹੀਂ ਕਰਵਾ ਰਿਹਾ, ਸਿਰਫ ਪਿੰਡ ਵਾਸੀਆਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਪਿੰਡ ਵਿੱਚ ਪਾਣੀ ਕਢਵਾ ਰਿਹਾ ਸੀ। ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਇਹ ਕੰਮ ਕਰਵਾਇਆ ਜਾਣਾ ਸੀ, ਪਰ ਮੇਰੀ ਸ਼ਿਕਾਇਤ ਕਰ ਦਿੱਤੀ ਗਈ ਜਿਸ ਕਰਕੇ ਪਿੰਡ ਵਿੱਚ ਪਾਣੀ ਨਹੀਂ ਨਿਕਲ ਸਕਿਆ ਅਤੇ ਲੋਕ ਨੇ ਜਿਹੜੇ ਬਹੁਤ ਦੁਖੀ ਨੇ। ਤਾਂ ਕਾਂਗਰਸ ਦਾ ਵਿਰੋਧ ਕੀਤਾ ਜਾ ਰਿਹਾ ਗੁਰਦਾਸਪੁਰ ਦੇ ਲੋਕਾਂ ਵੱਲੋਂ। ਉਹਨਾਂ ਦਾ ਕਹਿਣਾ ਹੈ ਕਿ ਸੁਖਜਿੰਦਰ ਰੰਧਾਵਾ ਦੇ ਨਾ ਹੀ ਤਾਂ ਬੂਥ ਲੱਗਣਗੇ ਅਤੇ ਨਾ ਹੀ ਪਿੰਡ ਵਿੱਚ ਉਹਨਾਂ ਨੂੰ ਕੋਈ ਵੋਟ ਪਾਏਗਾ। ਉਹਨਾਂ ਨੇ ਵੱਡੇ ਪੱਧਰ 'ਤੇ ਉਹਨਾਂ 'ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਕੰਮ ਨੇ ਜਿਹੜੇ ਸੁਖਜਿੰਦਰ ਰੰਧਾਵਾ ਵੱਲੋਂ ਰੋਕੇ ਗਏ ਨੇ। ਮੇਰਾ ਨਾਮ ਡੇਵਿਡ ਮਸੀਹ ਆ, ਪਿੰਡ ਫਤਿਹ ਨੰਗਲ ਤੋਂ ਆ। ਅਸੀਂ ਅੱਜ DC ਸਾਹਿਬ ਦੇ ਪੇਸ਼ ਹੋਏ ਹਾਂ ਆਪਣੇ ਚਾਰ ਪਿੰਡਾਂ ਦੇ ਪਾਣੀ ਦੇ ਨਿਕਾਸ ਵਾਸਤੇ। ਰੇਲਵੇ ਨੇ ਸਾਡਾ ਪਾਣੀ ਦਾ ਨਿਕਾਸ ਕਾਫੀ ਚਿਰਾਂ ਤੋਂ ਉੱਧਰ ਨੂੰ ਚੱਲਦਾ ਸੀ, ਰੇਲਵੇ ਨੇ ਬੰਦ ਕਰ ਦਿੱਤਾ ਉਹ ਸਾਰੀ ਵਾਸਤੇ। ਸਾਡਾ ਯਾਨੀ ਕਿ ਰਸਤਾ ਜਿਹੜਾ ਇੱਧਰ ਨੂੰ ਜਾਂਦਾ ਸੀ ਪਾਣੀ ਦਾ, BDO ਸਾਹਿਬ ਨੇ ਉਸ ਸਰਵੇ ਕੀਤਾ ਅਤੇ ਆਪਣਾ ਪੁਲੀਆਂ ਛੁਟਾਈਆਂ ਅਤੇ JCB ਲਾ ਕੇ ਥੋੜ੍ਹਾ ਜਿਹਾ ਮਤਲਬ ਅੱਧਾ ਕਿਲੋਮੀਟਰ ਵਾਲਾ ਥਾਂ ਪੁੱਟਿਆ ਹੋਏਗਾ, ਉਹਦੇ ਬਾਅਦੋਂ ਕੁਛ ਭਰਾਵਾਂ ਨੇ ਉਹ ਰਸਤੇ ਨੂੰ ਬੰਦ ਕਰਾਇਆ। ਉਹਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਆ, ਜਦਕਿ ਹੱਥ ਸਾਰਾ ਸੁਖੀ ਰੰਧਾਵਾ ਜੀ ਦਾ ਆ। ਉਹਦੇ ਲੈਟਰ ਸਾਡੇ ਕੋਲ ਪਈ ਆ, 15 ਮਈ ਨੂੰ 6:33 DC ਸਾਹਿਬ ਨੂੰ ਇਹ ਲੈਟਰ ਪਾਉਂਦੇ ਆ, ਠੀਕ ਹੈ, ਜਿਹਦੇ ਵਿੱਚ ਉਹ ਕਹਿੰਦਾ ਇੱਕ ਕੰਮ ਬੰਦ ਕੀਤਾ ਜਾਵੇ। ਭਾਅ ਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਜੇ ਚੋਣ ਜਾਬਤਾਂ ਦੇ ਵਿੱਚ ਕਿਤੇ ਹਾੜਾ ਆਉਂਦਾ ਜਾਂ ਕੋਈ ਬਿਮਾਰ ਹੁੰਦਾ, ਛੱਤ ਡਿੱਗਦੀ, ਕੋਠਾ ਦੇ ਬਿਲਡਿੰਗਾਂ ਢਹਿੰਦੀਆਂ, ਕੀ ਗੱਲ ਉਹ ਕੰਮ ਨਹੀਂ ਹੁੰਦੇ? ਇੱਕ ਪਿੰਡ ਦੇ ਪਾਣੀ ਦੇ ਨਿਕਾਸ ਵਾਸਤੇ ਮਤਲਬ 100 ਫੁੱਟ ਲੈ ਕੇ ਚੱਲ ਕੇ ਚੱਲੋ ਜੀ, ਉਹਨੇ ਤਾਂ ਪੈਪ ਪਾਉਣੇ ਸੀ। ਉਹ ਗਲਤ ਆ, ਉਹ ਸਹੀ ਆ ਬਿਲਕੁਲ, ਪਰ ਸੁਖੀ ਰੰਧਾਵਾ ਨੇ ਜੋ ਕੰਮ ਕੀਤਾ ਬਹੁਤ ਗਲਤ ਕੀਤਾ ਆ। ਇਸ ਕਰਕੇ ਅਸੀਂ ਪਿੰਡ ਵਾਲੇ DC ਦਫ਼ਤਰ ਆਏ ਹਾਂ, ਅਸੀਂ ਏਗਾ ਕਰਦੇ ਹਾਂ ਕਿ ਤੇਰਾ ਪਿੰਡ 'ਚ ਨਾ ਬੂਥ ਲੱਗਣ ਦੇਣਾ, ਨਾ ਤੈਨੂੰ ਵੋਟ ਪਾਉਣੀ ਆ, ਠੀਕ ਹੈ। ਤੂੰ ਅੱਗੇ ਤੋਂ ਲੈਂਦਾ ਰਿਹਾ ਵੋਟਾਂ, ਪਰ ਹੁਣ ਵੋਟਾਂ ਨਹੀਂ ਤੂੰ ਲੈ ਸਕਦਾ। ਜਤਨ ਸਿੰਘ ਫਤਿਹ ਨੰਗਾ। ਚੋਣ ਜਾਬਤਾ ਜਿਹੜਾ ਲਾਗੂ ਹੁੰਦਾ ਵਾ ਉਹ ਕੁਝ ਕਾਨੂੰਨਾਂ ਤੇ ਲਾਗੂ ਹੁੰਦਾ, ਨਾ ਕਿ ਜਿਹੜਾ ਪਬਲਿਕ ਨੂੰ ਤੰਗ ਕਰਨ ਵਾਸਤੇ ਲਾਗੂ ਹੁੰਦਾ ਵਾ। ਇਹ ਕਰਕੇ ਸਾਡੀ ਰਿਕੁਐਸਟ ਵਾ ਵੀ ਉਹ ਜਿਹੜਾ ਨਾਲਾ ਵਾ ਪੁੱਟਿਆ ਦਾ ਵਾ, ਪੁੱਟਣ ਦੇ ਬਾਵਜੂਦ ਕੁਝ ਬੰਦਿਆਂ ਨੇ ਜਿਹੜਾ ਵਾ ਉਹਨੂੰ ਬੰਦ ਕਰਾਇਆ ਗਿਆ ਵਾ। ਉਹਦੇ 'ਤੇ ਅਸੀਂ ਫਿਰ ਅਪੀਲ ਕਰਨੇ ਆ ਵੀ ਇਹ ਜਿਹੜਾ ਵਾ ਇਹ ਸਾਡਾ ਨਾਲਾ ਛੇਤੀ ਤੋਂ ਛੇਤੀ ਬਣਨਾ ਚਾਹੀਦਾ, ਅਗਰ ਨਾ ਬਣਿਆ ਤਾਂ ਸਾਨੂੰ ਮਜਬੂਰੀ ਕੋਈ ਨਾ ਕੋਈ ਹੋਰ ਇਹਦੇ ਤੋਂ ਵੱਧ ਸਟੈਪ ਜਿਹੜਾ ਵਾ ਚੁੱਕਣਾ ਪਏਗਾ। ਹਾਂਜੀ, ਅਸੀਂ ਸਾਰਿਆਂ ਨੂੰ ਅਪੀਲ ਕਰਨੇ ਆ।
ਤੇ ਵੀ ਇਹ ਸਾਡਾ ਕੰਮ ਜਿਹੜਾ ਛੇਤੀ ਤੋਂ ਛੇਤੀ ਹੋਣਾ ਚਾਹੀਦਾ, ਕਿਉਂਕਿ ਬੱਚੇ ਸਾਡੇ ਜਿਹੜੇ ਆ ਉਹ ਸਕੂਲੀ ਜਾਂਦੇ ਆ ਛੋਟੇ ਛੋਟੇ ਆ, ਤੇ ਬਾਕੀ ਬਰਸਾਤਾਂ ਦਾ ਟਾਈਮ ਆ, ਉਸ 'ਚ ਮਲੇਰੀਆ ਡੇਂਗੂ ਇਹੋ ਜਿਹੀਆਂ ਆਮ ਬਿਮਾਰੀਆਂ ਫੈਲਣ ਵਾਲੀਆਂ, ਗੌਰਮੈਂਟ ਖੁਦ ਕਹਿੰਦੀ ਆ ਵੀ ਬਿਮਾਰੀਆਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ, ਇਹਨਾਂ ਤੋਂ ਬਚੋ, ਸਾਫ਼ ਸੁਥਰੇ ਰਹੋ, ਤੇ ਜਦ ਪਾਣੀ ਸਾਡੇ ਗੰਦੇ ਨਾਲੇ 'ਚੋਂ ਅਸੀਂ ਲੰਘ ਕੇ ਜਾਣਾ ਤੇ ਫਿਰ ਸਾਡੇ ਅਸੀਂ ਕਿੱਦਾਂ ਬਚ ਸਕਣੇ ਹਾਂ। ਇਹ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਨੇ ਆ ਵੀ ਸਾਡੀ ਇਹ ਜਿਹੜੀ ਆ ਮੰਗ ਜਿਹੜੀ ਮਲਕਾ ਪਿੰਡ ਫਤਿਹ ਨੰਗਲ ਧਾਰੀਵਾਲ ਤੋਂ ਅਸੀਂ, ਔਰ ਅਸੀਂ ਆਪਣੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਇੱਥੇ ਇਕੱਠੇ ਹੋਏ ਹਾਂ ਸਾਰੇ ਪਿੰਡ ਵਾਸੀ। ਔਰ ਥੋੜੇ ਦਿਨ ਪਹਿਲਾਂ ਅਸੀਂ ਸ਼ਿਕਾਇਤ ਕੀਤੀ ਸੀ, ਜਿਸ ਦੇ ਕਾਰਨ ਸਾਡਾ ਕੰਮ ਉੱਧਰ ਸਟਾਰਟ ਹੋ ਗਿਆ ਸੀ, ਔਰ ਕੁਝ ਬੰਦਿਆਂ ਦੇ ਕਾਰਨ ਔਰ ਸੁੱਖੀ ਰੰਧਾਵਾ ਦੇ ਕਾਰਨ ਉਹਨਾਂ ਨੇ ਮਿਲ ਕੇ ਉਸ ਕੰਮ ਨੂੰ ਰੁਕਾਵਟ ਪਾਈ ਹੈਗੀ ਆ। ਔਰ ਅਸੀਂ ਅੱਜ ਇੱਥੇ ਗੁਜ਼ਾਰਿਸ਼ ਲੈ ਕੇ ਆਏ ਹਾਂ ਕਿ ਸਾਡਾ ਕੰਮ ਜੋ ਹੈ ਉਹ ਫਿਰ ਦੁਬਾਰਾ ਤੋਂ ਸਟਾਰਟ ਕੀਤਾ ਜਾਏ। ਨਹੀਂ, ਉਹਨਾਂ ਨੇ ਆਪਣਾ ਗੁਰਦੁਆਰਾ ਸਾਹਿਬ ਨੂੰ ਲੈ ਕੇ ਨਾ ਵਿੱਚ ਇੱਕ ਮੇਨ ਮੁੱਦਾ ਰੱਖਿਆ ਕਿ ਸਾਡਾ ਗੁਰਦੁਆਰਾ ਸਾਹਿਬ ਡੁੱਬ ਰਿਹਾ, ਜੋ ਕਿ ਬਿਲਕੁਲ ਸਹੀ ਗੱਲ ਨਹੀਂ ਹੈਗੀ। ਅਸੀਂ ਵੀ ਚਰਚ ਜਾ ਰਹੇ ਹਾਂ, ਅਸੀਂ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਹਾਂ, ਸਾਡੇ ਬੱਚੇ ਸਕੂਲ ਜਾ ਰਹੇ ਨੇ ਪਾਣੀ ਦੇ ਵਿੱਚੋਂ ਲੰਘ ਕੇ ਜਾ ਰਹੇ ਨੇ, ਉਹ ਜਿਸ ਕਾਰਨ ਕਾਫੀ ਬਿਮਾਰੀਆਂ ਦਾ ਸਾਹਮਣਾ ਸਾਨੂੰ ਵੀ ਕਰਨਾ ਪੈ ਸਕਦਾ ਹੈ। ਸਰ ਸਹੀ 20-22 ਦਿਨ ਹੋ ਗਏ ਨੇ ਪਾਣੀ ਹੋ ਗਿਆ, ਇੰਨਾ ਮੱਛਰ ਫੈਲ। ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦਾ ਨਿਕਾਸ ਹੋਣਾ ਚਾਹੀਦਾ ਜਲਦ ਤੋਂ ਜਲਦ, ਔਰ ਸਾਨੂੰ ਉਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ। ਜਿਹੜੇ ਇਗਜ਼ਾਮ ਹੋ ਰਹੇ ਪੜ੍ਹ ਵੀ ਨਹੀਂ ਸਕਦੇ, ਇੰਨਾ ਮੱਛਰ ਫੈਲ ਚੁੱਕਿਆ ਉੱਥੇ, ਵਿੱਚੋਂ ਦੇ ਸਾਡੇ ਨੰਗ ਨੰਗ ਕੇ ਸਾਡੇ ਪੈਰ ਖਰਾਬ ਹੋਣੇ ਸ਼ੁਰੂ ਹੋ ਚੁੱਕੇ ਆ। ਸਕੂਲ ਚ ਜਾਂਚ ਸਕੂਲ ਜਾਂਚ ਬੱਚਿਆਂ ਨੂੰ ਲੈ ਕੇ ਅਰਲੀ ਮਾਰਨਿੰਗ ਬੱਚੇ ਸਕੂਲ ਜਾਂਦੇ, ਇੰਨੀ ਜ਼ਿਆਦਾ ਦਿੱਕਤ ਹੈਗੀ ਆ। ਦੇਖੋ ਪਾਣੀ ਦਾ ਯੂਜ਼ ਤਾਂ ਸਾਰਿਆਂ ਨੇ ਕਰਨਾ ਹੀ ਕਰਨਾ ਹੈ, ਇੰਨਾ ਗੰਦਾ ਪਾਣੀ ਰੁਕ ਵੀ ਨਹੀਂ ਸਕਦਾ, ਔਰ ਸਾਰਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਹੈਗੀ ਆ, ਖਾਸ ਕਰ ਛੋਟੇ ਬੱਚਿਆਂ ਨੂੰ ਦਿੱਕਤ ਹੈ, ਬਜ਼ੁਰਗਾਂ ਨੂੰ ਦਿੱਕਤ ਹੈ। ਉੱਥੇ 2-3 ਜਾਣੇ ਉੱਥੇ ਡਿੱਗ ਵੀ ਚੁੱਕੇ ਨੇ ਪਾਣੀ ਦੇ ਵਿੱਚ। ਹਾਂਜੀ, ਇੱਕ ਤੇ ਸਾਡੇ ਘਰ ਸੁੰਡੀਆਂ ਇੰਨੀਆਂ ਚੱਲ ਚੱਲ ਕੇ ਆ ਰਹੀਆਂ ਗੰਦੀਆਂ, ਬਹੁਤ ਜ਼ਿਆਦਾ ਮੁਸ਼ਕਲ ਹੈ ਸਾਡਾ ਕੋਈ ਨਾ ਕੋਈ ਹੱਲ ਕੀਤਾ। ਔਰ ਤੁਸੀਂ ਵੀ ਸਮਝ ਸਕਦੇ ਹੋ ਅਗਰ ਪਾਣੀ ਇਕੱਠਾ 4 ਦਿਨ ਹੀ ਰਹਿ ਜਾਂਦਾ ਹੈ ਤੇ ਕਿੰਨੀ ਜ਼ਿਆਦਾ ਉੱਥੇ ਸਮੈਲ ਫੈਲ ਜਾਂਦੀ ਹੈ। ਹਾਂਜੀ, ਕਾਰਗਿਲ ਸ਼ਹੀਦ ਮੁਕੇਸ਼ ਕੁਮਾਰ ਦੀ ਮਾਤਾ ਫਤਿਹ ਨੰਗਲ ਧਾਰੀਵਾਲ ਸੇ ਆਈ ਹਾਂ। ਮੈਂ DC ਦਫ਼ਤਰ ਦੇ ਕੋਲ ਬਿਆਨ ਦਿੱਤੇ ਨੇ ਆਪਣੇ ਕਿ ਸਾਡਾ ਪਿੰਡ ਫਤਿਹ ਨੰਗਲ SLS ਇੰਨੀ ਸਮੱਸਿਆ ਕਿ ਪਾਣੀ ਦਾ ਨਿਕਾਸ ਨਹੀਂ ਨਿਕਲਦਾ ਪਿਆ। ਪਹਿਲਾਂ ਉਹ 70-80 ਸਾਲ ਤੋਂ ਲੈ ਕੇ ਪਾਣੀ ਦਾ ਨਿਕਾਸ ਰੇਲ ਵਾਲੀ ਲਾਈਨ ਦੇ ਵਿੱਚੋਂ ਪੈਂਦਾ ਸੀ, ਹੁਣ ਰੇਲ ਵਾਲੇ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਸਾਡਾ ਨਿਕਾਸ ਜਿਹੜਾ ਬੰਦ ਕਰ ਦਿੱਤਾ। ਅੱਗੋਂ ਸਾਡੀ ਸਮੱਸਿਆ ਇਹ ਹੈ ਕਿ 3-4 ਘਰ ਰਹਿ ਰਹੇ ਆਪਣੇ ਸਿੱਖ ਬਰਾਦਰੀ ਦੇ, ਜੋ ਕਿ ਸਾਡਾ ਉਹਨਾਂ ਦਾ ਗੁਰਦੁਆਰਾ ਉਹਨਾਂ ਦੇ ਘਰ ਲੱਗ ਗਏ, ਉਹ ਸਾਡਾ ਪਾਣੀ ਦਾ ਨਿਕਾਸ ਨਹੀਂ ਹੋਣ ਦਿੰਦੇ। ਚੰਗੇ ਭਲੇ ਪਾਪਾ ਪੁੱਟੀਆਂ ਸੀਵਰੇਜ ਪੈਣ ਲੱਗੇ ਹਨ, ਪਰ ਉਹ ਕਹਿੰਦੇ ਅਸੀਂ ਨਹੀਂ ਪੈਣ ਦੇਣੀ। ਮੇਰੀ ਬੇਨਤੀ ਹੈ ਕਿ ਮੇਰੀ ਇਹ ਸਮੱਸਿਆ ਹੱਲ ਕੀਤੀ ਜਾਵੇ। ਦੂਸਰੀ ਗੱਲ, ਮੇਰੇ ਬੇਟੇ ਦਾ ਸ਼ਹੀਦ ਦਾ ਗੇਟ ਬਣਿਆ, ਉਹ ਵੀ ਪਾਣੀ 'ਚ ਡੁੱਬਿਆ ਗਿਆ, ਬੇਸ਼ੱਕ ਚੱਲ ਕੇ ਮੇਰੇ ਨਾਲ ਚੱਕ ਕੇ ਦੇਖ ਲਓ। ਹਾਂਜੀ, ਕੀਤੀ ਸੀ ਵੀਡੀਓ ਸ਼ਿਕਾਇਤ ਵੀ, ਉਹਨਾਂ ਨੇ ਵੀ ਸਾਰਾ ਕੁਛ ਨਹੀਂ ਕੀਤਾ। ਧਾਰੀਵਾਲ। ਮੈਂ ਸੰਤੋਖ ਸਿੰਘ BDPO ਧਾਰੀਵਾਲ, ਅਤੇ ਜੋ ਤੁਸੀਂ ਫਤਿਹ ਨਗਰ ਦੇ ਸੰਬੰਧ ਵਿੱਚ ਕੁਐਸਚਨ ਕੀਤਾ ਹੈ, ਉਹਦੇ ਸੰਬੰਧ ਵਿੱਚ ਇਹ ਹੈ ਵੀ ਉਹ ਪਹਿਲਾਂ ਪਾਣੀ ਦਾ ਜਿਹੜਾ ਇਹ ਰੇਲਵੇ ਦੀ ਪੜੀ ਦੇ ਨਾਲ ਪੈ ਰਿਹਾ ਸੀ, ਅਤੇ ਉਹ ਹੁਣ ਰੇਲਵੇ ਡਿਪਾਰਟਮੈਂਟ ਨੇ ਡਬਲ ਲਾਈਨ ਕਰਨੀ, ਪੜੀ ਦੇ ਮਤਲਬ ਵਾਧਾ ਕਰਨਾ, ਅਤੇ ਉਹਦੇ ਵਿੱਚ ਉਹਨਾਂ ਜਿਹੜਾ ਸੀ ਸਾਡਾ ਜਿਹਨੂੰ ਪਾਣੀ ਦਾ ਨਿਕਾਸ ਹੋ ਰਿਹਾ ਸੀ ਉਹ ਪਾਣੀ JCB ਨੇ ਬੰਦ ਕਰਤਾ ਸੀ। ਉਹ ਜਦੋਂ ਪਾਣੀ ਬੰਦ ਹੋ ਗਿਆ, ਪਾਣੀ ਬਲੋਕੇਜ ਹੋ ਕਰਕੇ ਪਾਣੀ ਜਿਹੜਾ ਗਲੀਆਂ 'ਚ ਖੜਾ ਹੋਣ ਸ਼ੁਰੂ ਹੋ ਗਿਆ, ਗਲੀਆਂ ਤੋਂ ਨੀਵੇਂ ਘਰ ਜਿਹੜੇ ਉਹਨਾਂ 'ਚ ਜਾਣਾ ਸ਼ੁਰੂ ਹੋ ਗਿਆ, ਵਾਪਸ ਬੈਕ ਮਾਰਨਾ ਸ਼ੁਰੂ ਕਰਤਾ ਉਹਨੇ। ਉਹਦੇ ਸੰਬੰਧ 'ਚ ਅਸੀਂ ਆਪਣਾ ਟੀਮ ਭੇਜ ਕੇ ਦਫ਼ਤਰ ਦੀ, ਅਤੇ ਰਫ ਐਸਟੀਮੇਟ ਲਵਾ ਕੇ ਅਤੇ ਟੈਂਕਰਾਂ ਨਾਲ ਪਾਣੀ ਕਢਾ ਰਹੇ ਹਾਂ, ਤਾਂ ਕੁਝ ਅਸੀਂ ਥੋੜ੍ਹਾ ਬਹੁਤਾ ਵੇਖ ਰਹੇ ਹਾਂ, ਕੋਈ ਕੱਚਾ ਮਤਲਬ ਕੋਈ ਕਿਸੇ ਢੰਗ ਤਰੀਕੇ ਨਾਲ ਹੋਰ ਜਿਹੜਾ ਕੋਈ ਥੋੜ੍ਹਾ ਬਹੁਤਾ ਪਰਮਾਨੈਂਟ ਕੋਈ ਹੱਲ ਇਹਦਾ ਲੱਭ ਜਾਵੇ। ਇਲੈਕਸ਼ਨ ਕਮਿਸ਼ਨ ਦੇ ਅਧਾਰ ਮੁਤਾਬਕ ਅਸੀਂ ਕੰਮ ਨਹੀਂ ਚਾਲੂ ਕਰ ਸਕਦੇ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਕੋਲ ਪਾਣੀ ਦਾ ਕੋਈ ਹੱਲ ਹੋ ਜਾਂਦਾ, ਉਹਦੇ ਕਰਕੇ ਥੋੜ੍ਹਾ ਬਹੁਤਾ ਅਸੀਂ ਚਾਹੁੰਦੇ ਕੋਈ ਵਾਟਰ ਪੰਪ ਲਵਾ ਕੇ ਜਾਂ ਟੋਆ ਟੋਆ ਮਰਵਾ ਕੇ, ਤਾਂ ਥੋੜ੍ਹਾ ਬਹੁਤਾ ਪਾਣੀ ਦਾ ਨਿਕਾਸ ਕਿਸੇ ਪਾਸੇ ਨੂੰ ਕਰ ਦਈਏ, ਜਾਂ ਜੋ ਵੀ ਇੱਥੇ ਬਿਮਾਰੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ,
ਉਹ ਨਾ ਫੈਲੇ ਅਤੇ ਇਸ ਸੰਬੰਧ ਵਿੱਚ ਸ਼ੁਰੂ ਕਰ ਲੱਗੇ ਪਰ ਉਹ ਗ੍ਰਾਮ ਕੁਝ ਗ੍ਰਾਮ ਪੰਚਾਇਤ ਦੇ ਮੋਹਦਰ ਬੰਦਿਆਂ ਨੇ ਬਾਅਦ 'ਚ ਉੱਥੇ ਕੋਈ ਪੋਲੀਟੀਕਲੀ ਇਸ਼ੂ ਬਣ ਗਿਆ, ਉਹਨਾਂ ਬੰਦ ਕਰਵਾ ਦਿੱਤਾ। ਫਿਰ ਉਹ ਇਲੈਕਸ਼ਨ ਕਮਿਸ਼ਨ ਦੀਆਂ ਤਹਿਤਾਂ ਮੁਤਾਬਕ ਜੋ ਹੈ ਤਾਂ ਅਸੀਂ ਉਹਦਾ ਕਰਵਾ ਦਾਂਗੇ। ਆਰਜੀ ਕੋਈ ਪਰਮਾਨੈਂਟ ਕੋਈ ਹੱਲ ਜਿਹੜਾ ਕੋਈ ਹੁੰਦਾ ਉਹ ਜ਼ਰੂਰ ਕਰਾਂਗੇ। ਉਹਦੇ ਸੰਬੰਧ 'ਚ ਉਹ ਕੋਈ ਉਹਨਾਂ ਸ਼ਿਕਾਇਤ ਇਹ ਕੀਤੀ ਵੀ ਇਲੈਕਸ਼ਨ ਕਮਿਸ਼ਨ ਦੇ ਮਤਲਬ ਤਹਿਤਾਂ ਮੁਤਾਬਕ ਕੰਮ ਨਹੀਂ ਨਵਾਂ ਸ਼ੁਰੂ ਕਰਵਾ ਸਕਦੇ, ਪਰ ਨਵਾਂ ਕੰਮ ਅਸੀਂ ਕਰਵਾਇਆ ਹੀ ਨਹੀਂ ਕਿਉਂਕਿ ਕੰਮ ਤਾਂ ਉੱਥੇ ਪਾਣੀ 'ਚ ਬ੍ਰੇਕ ਹੋਇਆ, ਪਾਣੀ ਨਾਲ ਹੱਲ ਹੀ ਕਰਨਾ ਸੀਗਾ, ਉਹ ਅਸੀਂ ਆਰਜੀ ਤੌਰ 'ਤੇ ਹੱਲ ਕਰ ਰਹੇ ਹਾਂ। ਪਰਮਾਨੈਂਟ ਜਿਹੜਾ ਕੰਮ ਹੈ ਇਲੈਕਸ਼ਨ ਮਤਲਬ ਚੋਣ ਜ਼ਾਬਤੇ ਤੋਂ ਬਾਅਦ ਹੀ ਕੀਤਾ ਜਾਊਗਾ। ਉਹ ਸੀਵਰੇਜ ਪੈਣਾ ਆ, ਉਹਦਾ ਐਸਟੀਮੇਟ 700-800 ਫੁੱਟ ਦਾ ਹੈਗਾ ਹੈ। ਉਹ ਗਾਂ ਫਿਰ ਛੱਪੜ ਦੇ ਵਿੱਚ ਜਾਣਾ ਹੈ ਜੀ, ਉਹ ਲੰਮਾ ਪ੍ਰੋਸੀਜਰ ਆ। ਹੁਣ ਜੋ ਮੁੱਖ ਮਤਲਬ ਪਾਣੀ ਦੀ ਪ੍ਰੋਬਲਮ ਸੋਲਵ ਕਰਨ ਦੇ ਵਾਸਤੇ ਜਿਹੜਾ ਇਹ ਥੋੜ੍ਹਾ ਆਰਜੀ ਪੰਪ ਲਵਾ ਕੇ ਪਾਣੀ ਕਢਵਾਇਆ, ਕੋਈ ਟੈਂਕਰ ਲਵਾ ਕੇ ਕਢਵਾਇਆ ਹੈ ਕਿਉਂਕਿ ਬਹੁਤ ਜ਼ਿਆਦਾ ਬਲੋਕ ਸੀ, ਛੋਟੇ ਛੋਟੇ ਬੱਚੇ ਆ ਉਹਨਾਂ ਦਾ ਸਕੂਲੇ ਜਾਣਾ ਮੁਸ਼ਕਿਲ ਹੋਇਆ ਪਿਆ ਸੀਗਾ, ਅਤੇ ਇਸ ਕਰਕੇ ਉਹਨੂੰ ਗਲੀ ਨੂੰ ਥੋੜ੍ਹਾ ਜਿਹਾ ਪਾਣੀ ਘੱਟ ਕਰਕੇ ਸਾਫ਼ ਕਰਵਾ ਕੇ ਕਣ ਸਾਫ਼ ਕਰਵਾ ਦਿੱਤੀ ਹੈ। ਉਸ ਤੋਂ ਬਾਅਦ ਉਹਨਾਂ ਮਤਲਬ ਕੁਝ ਪੋਲੀਟੀਕਲ ਮੁੱਦਾ ਹੋਣ ਕਰਕੇ ਮਤਲਬ ਬੰਦ ਕਰਵਾ ਦਿੱਤਾ, ਅਤੇ ਸਾਡੀ ਸ਼ਿਕਾਇਤ ਵੀ ਕਰ ਦਿੱਤੀ ਗਈ ਆ। ਮਤਲਬ ਸਾਡੀ ਜੇ ਸ਼ਿਕਾਇਤ ਜਿਹੜੀ ਹੈ, ਜਿਹੜੇ ਖਲੋਤੇ ਕਾਂਗਰਸ ਦੇ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਸਾਹਿਬ, ਉਹਨਾਂ ਵੱਲੋਂ ਕੀਤੀ ਗਈ ਹੈ ਜੀ। ਸਰ ਇਹ ਦੱਸੋ ਕਿ ਜੇ ਮੰਨ ਲਓ ਚੋਣ ਜਾਬਤਾ ਚੱਲ ਰਿਹਾ ਵਾ, ਜੇ ਕਿਸੇ ਗਰੀਬ ਦੀ ਛੱਤ ਡਿੱਗ ਜਾਂਦੀ ਆ ਜਾਂ ਕਿਤੇ ਕੋਈ ਜ਼ਰੂਰਤਮੰਦ ਲੋਕਾਂ ਦਾ ਮਸਲਾ ਆ ਜਾਂਦਾ ਵਾ, ਤੇ ਕੀ ਮਤਲਬ ਸਰਕਾਰ ਜਿਹੜੀ ਆ ਉਹ ਕਿਸੇ ਦੀ ਗਰੀਬ ਦਾ ਕੋਈ ਹੱਲ ਹੀ ਨਹੀਂ ਕਰ ਸਕੇਗੀ ਕਿ ਜਾਂ ਪਹਿਲਾਂ ਚੋਣ ਜਾਬਤੇ ਨੂੰ ਦੇਖਿਆ ਜਾਊਗਾ ਸਰ? ਨਹੀਂ ਬਿਲਕੁਲ, ਇਹ ਮੁੱਦਾ ਜਿਹੜਾ ਵਾ ਸਰ ਇਹ ਜੁੜਿਆ ਤੇ ਇੱਕ ਜ਼ਰੂਰਤਮੰਦ ਲੋਕਾਂ ਦੇ ਨਾਲ ਜੀ। ਮੈਂ ਤੁਹਾਡੇ ਨਾਲ 100% ਸਹਿਮਤ ਆ। ਅਸੀਂ ਵੇਖੋ ਜੀ, ਜੋ ਵੀ ਹੈ ਚਲੋ ਜੋ ਸ਼ਿਕਾਇਤ ਕਰਨਾ ਜਿੰਨਾ ਕਰਨੀ ਉਹਨਾਂ ਦਾ ਰਾਈਟ ਆ, ਬਾਕੀ ਜੋ ਅਸੀਂ ਪਬਲਿਕ ਦੇ ਮਤਲਬ ਪੱਖ ਨੂੰ ਮਤਲਬ ਮੁੱਖ ਰੱਖਦੇ ਹੋਏ, ਪ੍ਰੋਬਲਮ ਨੂੰ ਮੁੱਖ ਰੱਖਦੇ ਹੋਏ ਉਹ ਅਸੀਂ ਕੀਤਾ ਹੈ ਅਤੇ ਗਾਂਹ ਵੀ ਕਰਾਂਗੇ।